वो नीचे कॉर्नर वाली, नीचे कॉर्नर वाली छोटी वाली निकल गई वैसे के वाली उस उधर के लिए मिला। अस्सलाम वालेकुम व्यूअर्स, की हाल है? ठीक ठाक उम्मीद करते हैं अपने सारे व्यूअर्स ठीक ठाक होंगे। अल्हम्दुलिल्लाह मैं भी बिल्कुल ठीक हूँ। शुरू करते हैं अपना आज का मज़ेदार व्लॉग। लेकिन व्लॉग शुरू करने तो पहले साढ़े चैनल से जो नए लोग ने होना तो गुजारिश है कि साढ़े चैनल में सब्सक्राइब कर लो और वीडियो ने लाइक कर देना, शुक्रिया। तो व्यूअर्स हूनी मैं स्कूल तो वापस आया, वहाँ खाना वगैरह अपना खा लिया और बाहर ना अबू जान जो ना जी चिड़ियाँ की कुछ शिफ्टिंग वगैरह कर रहे हैं तो आ जाओ जी। और मैं दस दवा माशा खाने पापको ना आपने हैं पाँच दफा, चलो अभी खा लो फिर भैया आपकी मर्जी है। अभी आप छोटे हो ना तब आपकी मौज है और साल ही है फिर आपको कोई नहीं है, बस एक दिन में एक दफ़ा खर्चा। अभी तो आप चार चार दफ़ा लेती है ना खर्चा, चार चार दस दस दफ़ा, हर थोड़ी दफ़ा चीज़, हर थोड़ी दफ़ा चीज़, हर थोड़ी दफ़ा चीज़। फिर आपको भी पढ़ाई करनी पड़ेगी और फिर सारा दिन जो उनसे आपको पैसे भी नहीं मिलेंगे। तीन बेबी हैं, तीन उसमें है माशाल्लाह और तीन उसमें वो कॉर्नर वाली, वो नीचे कॉर्नर वाली, नीचे कॉर्नर वाली छोटी वाली निकल गई वैसे के वाली तो उतने के लिए नहीं डाले। पीछे चली गई नीली चिड़ी, चली गई उसको जी में वापस। व्यूअर्स खैर जी उन्हीं मेरे मामू आए ने मेहमान ते उन्हां वास्ते जी रोटियां रोटी लैन जा रहे हैं। मैं सालन बनया होया घर, खाना मैं तो खा लिया लेकिन उन्होंने वास्ते जरा गैस बंद हो गई है तो आए भी बगैर दसे ने ते रोटियां जी हूँ बाहर तो लैके आनी पैनगियाँ तो तंदूर तो ले आने जाके गर्मा गर्म रोटी। व्यूअर्स तंदूर आ गया जी और तीन रोटियां बड़ी हो जानी बिकॉज ओनली वन परसन वो व्यूअर तुसी देख सकते हो अब्दुल वहाब जड़न जी फितर वास्ते पॉपकॉर्न लेके आया लेकिन पहले जड़न जी अपनी कटिंग कर रहे थे अब्दुल वहाब लेकिन ओ ले शिट अब्दुल वहाब उठा के दो यार ये बस शॉपर से बाहर ले जो उनसे ना रहने दो। अच्छा ये क्या किया है? नहीं वो रहने दो। यार पहले तो मैं रोटियां लेने चला गया लेकिन नहीं तो तसली ना मिलवाने जी चिड़ियाँ ना ए वाली जी दरम्यान वाली कुजी ना उत्ते वाली ए पहले इतने से नहीं नहीं मैंने नहीं खाने पॉपकॉर्न। हाँ चिड़िया ने भी नहीं खाने
ਅਤੇ ਇੱਥੋਂ ਜਿਹੜਾ ਨਾ ਜੀ ਅਸੀਂ ਇਹਨਾਂ ਨੂੰ ਸ਼ਿਫਟ ਕਰ ਦਿੱਤਾ ਇਸ ਜਗ੍ਹਾ 'ਤੇ ਔਰ ਇਹਨਾਂ ਦੇ ਵੀ ਮਾਸ਼ਾਅੱਲਾ ਹੁਣ ਜਿਹੜਾ ਨਾ ਜੀ ਬੱਚੇ ਨੇ ਤਿੰਨ ਬੱਚੇ ਨੇ ਅੱਜ ਹੀ ਦੇਖੇ ਨੇ ਪਹਿਲੇ ਦੇਖਣ ਹੀ ਨਹੀਂ ਦੇ ਰਹੀ ਸੀ ਇੱਥੇ ਇਹ ਤਿੰਨ ਬੱਚੇ ਨੇ ਅਤੇ ਇੱਥੇ ਪਹਿਲੇ ਸਾਡੇ ਕੋਲ ਪੰਜ ਬੱਚੇ ਸੀ ਲੇਕਿਨ ਉਹ ਦੋ ਵੀ ਅਸੀਂ ਇੱਥੇ ਕਰਦੇ ਨੇ ਕਿਉਂਕਿ ਉਹ ਕਾਫੀ ਹੁਣ ਮਾਸ਼ਾਅੱਲਾ ਬੜੇ ਹੋ ਗਏ ਨੇ ਅਤੇ ਉਹਨਾਂ ਦਾ ਪੇਅਰ ਬਣ ਜਾਏਗਾ ਔਰ ਇੱਕ ਇਹ ਵਾਲੀ ਇਹ ਹੈ ਜੀ ਸਾਡਾ ਹੋਸਪਿਟਲ ਮਿੰਨੀ ਹੋਸਪਿਟਲ ਇਹ ਚਿੜੀਆ ਜਿਹੜੀ ਨਾ ਜੀ ਜ਼ਖਮੀ ਹੋਈ ਹੋਈ ਕਾਫੀ ਜ਼ਿਆਦਾ ਨਾ ਅਤੇ ਤਦ ਕਰਕੇ ਇਹਨੂੰ ਹੁਣ ਪਾਇਓਡੀਨ ਲਗਾਈ ਅਸੀਂ ਪਾਊਡਰ ਲਗਾ ਕੇ ਜਿਹੜਾ ਨਾ ਜੀ ਇਸ ਪਿੰਜਰ 'ਚ ਸ਼ਿਫਟ ਕਰ ਦਿੱਤਾ ਔਰ ਤਿੰਨ ਤੋਂ ਚਾਰ ਦਿਨ ਜਿਹੜਾ ਨਾ ਇਹਨੂੰ ਕੋਈ ਛੁੱਟੀ ਨਹੀਂ ਹੈ ਇੱਥੇ ਰਹੇਗੀ ਔਰ ਪਾਣੀ ਬਾਜਰਾ ਜਿਹੜਾ ਨਾ ਜੀ ਇਹ ਕਿਸ ਨੇ ਡਾਲਾ ਹਾਂ ਅਤੇ ਮੈਂ ਪਹਿਲੇ ਮੈਨੂੰ ਕਹਿ ਰਹੇ ਸੀ ਲੇਕਿਨ ਮੈਂ ਜਿਹੜਾ ਨਾ ਰੋਟੀਆਂ ਲੈਣ ਚਲਾ ਗਿਆ ਅਤੇ ਪਿੱਛੋਂ ਇਹ ਵੀ ਯਾਨੀ ਕਿ ਕੰਮ ਹੋ ਗਿਆ ਬਿਲਕੁਲ ਬਾਜਰਾ ਵੀ ਪਾਣੀ ਵੀ ਅਤੇ ਖੈਰ ਮਾਸ਼ਾਅੱਲਾ ਇਹ ਪਿੰਜਰਾ ਕਾਫੀ ਭਰ ਗਿਆ ਔਰ ਬਹੁਤ ਅੱਛਾ ਲੱਗ ਰਿਹਾ ਬੇਬੀਜ ਜੋ ਹੈ ਨਾ ਉਹ ਮਾਸ਼ਾਅੱਲਾ ਨਜ਼ਰ ਵੀ ਆ ਰਹੇ ਨੇ ਥੋੜ੍ਹੇ ਥੋੜ੍ਹੇ ਵੀਵਰਸ ਇਸ ਪਿੰਜਰ 'ਚ ਸਿਰਫ ਇੱਕ ਚਿੜੀ ਤਿੰਨ ਚਿੜੀਆਂ ਔਰ ਇੱਥੇ ਮਾਸ਼ਾਅੱਲਾ ਅਨਲਿਮਿਟਿਡ ਮਾਸ਼ਾਅੱਲਾ ਔਰ ਇਹ ਵਾਲਾ ਪਿੰਜਰਾ ਜਿਹੜਾ ਨਾ ਜੀ ਜ਼ਿਆਦਾ ਖੂਬਸੂਰਤ ਲੱਗ ਰਿਹਾ ਪਿੰਜਰਾ ਵੀ ਨਹੀਂ ਹੈ ਔਰ ਢੇਰ ਸਾਰੀ ਕੁਜੀਆਂ ਔਰ ਮਾਸ਼ਾਅੱਲਾ ਢੇਰ ਸਾਰੀ ਚਿੜੀਆਂ ਵਿੱਚ ਅੰਡੇ ਔਰ ਬੱਚੇ ਅਲਹਮਦੁਲਿਲਾ ਬਹੁਤ ਹੀ ਪਿਆਰਾ ਬਣ ਗਿਆ ਮਿਨੀ ਫਾਰਮ ਚਿੜੀਆਂ ਦਾ ਔਰ ਜਿਹੜਾ ਨਾ ਜੀ ਅੱਬੂ ਜਾਨ ਨੂੰ ਵੀ ਬੜਾ ਸ਼ੌਕ ਹੈ ਚਿੜੀਆਂ ਦੀ ਜਿਹੜਾ ਨਾ ਫਾਰਮਿੰਗ ਕਰਨ ਦੇ ਅਤੇ ਇਨਸ਼ਾਅੱਲਾ ਜਿਹੜਾ ਆਹਿਸਤਾ ਜਿਹੜਾ ਨਾ ਜੀ ਡਿਵੈਲਪ ਹੋ ਰਹੀਆਂ ਨੇ ਚਿੜੀਆਂ ਇੱਕ ਪੇਅਰ ਤੋਂ ਮਾਸ਼ਾਅੱਲਾ ਜੀ ਇਹ ਅਸੀਂ ਮਾਸ਼ਾਅੱਲਾ ਅਲਹਮਦੁਲਿਲਾ ਇੰਨੀਆਂ ਕਰਨੀਆਂ ਨੇ ਔਰ ਇਰਾਦਾ ਰੱਖਦੇ ਹਾਂ ਕਿ ਢੇਰ ਸਾਰੀਆਂ ਕਰਨੀਆਂ ਨੇ ਇਨਸ਼ਾਅੱਲਾ ਤੁਹਾਨੂੰ ਆਪਣਾ ਫਸਟ ਪੇਅਰ ਵੀ ਦਿਖਾਉਂਦਾ ਵਾਂ ਕਿਹੜਾ ਸੀ ਇੱਕ ਇਹ ਵਾਲੀ ਜਿਹੜੀ ਚਿੜੀ ਇਹ ਤੁਹਾਨੂੰ ਨਜ਼ਰ ਆ ਰਹੀ ਕੁਝ ਚਿੜੀ ਨੇ ਮੂੰਹ ਬਾਹਰ ਨਿਕਾਲਿਆ ਹੋਇਆ ਇੱਕ ਇਹ ਔਰ ਇਹਦਾ ਇਹ ਵਾਲਾ ਇਹਨਾਂ ਦਾ ਪੇਅਰ ਸੀ ਇਹ ਜਿਹੜੀ ਚਿੜੀ ਬੈਠੀ ਹੋਈ ਨਾ ਇਹ ਸਟਿਕ 'ਤੇ ਇਹਨਾਂ ਦੋਨਾਂ ਦਾ ਪੇਅਰ ਸੀ ਔਰ ਮਾਸ਼ਾਅੱਲਾ ਇਹਨਾਂ ਦੀ ਸਾਰੀ ਨਸਲ ਹੈ ਮਾਸ਼ਾਅੱਲਾ ਜੀ ਅਤੇ ਉਹ ਪੁੱਤਰ ਦੇਖੋ ਇਕੱਠੇ ਬੈਠੇ ਨੇ ਉਹ ਨਾ ਲੜੋ ਯਾਰ ਬਸ ਅੰਡੇ ਆ ਗਏ ਨੇ ਨਾ ਇਹਨਾਂ ਦੇ ਵਿੱਚ ਤਦ ਕਰਕੇ ਲੜਾਈ ਹੋ ਰਹੀ ਹੈ ਇਹਨਾਂ ਦੀ ਔਰ ਮਾਸ਼ਾਅੱਲਾ ਆਪਣੀ ਰੈੱਡ ਆਈਜ਼ ਵਾਲੀ ਨਸਲ ਵੀ ਜਿਹੜੀ ਇਹਨਾਂ ਦੀ ਚੱਲ ਪਈ ਹੈ ਮਾਸ਼ਾਅੱਲਾ ਇੱਕ ਬੱਚਾ ਇਸ ਵਾਲੀ ਕੁੱਜੀ 'ਚ ਹੈ ਰੈੱਡ ਅੱਖਾਂ ਵਾਲਾ ਔਰ ਦੋ ਇਸ ਕੁੱਜੀ 'ਚ ਨੇ ਔਰ ਬਾਕੀ ਇਹ ਆਹ ਵੀ ਕੁਛ ਹੈ ਨੇ ਰੈੱਡ ਅੱਖਾਂ ਵਾਲੇ ਮਾਸ਼ਾਅੱਲਾ ਤਿੰਨ ਚਾਰ ਹੋ ਗਏ ਨੇ ਹੁਣ ਜਿਹੜਾ ਨਾ ਜੀ ਸੱਤ ਅੱਠ ਉਹ ਦੇਖ ਸਕਦੇ ਤੁਸੀਂ ਇਹਨਾਂ ਦੀ ਲੜਾਈ ਉਹਨੀ ਤਾਂ ਨੇ ਅਤੇ ਦੇਖ ਲਓ ਕਿਸ ਤਰ੍ਹਾਂ ਲੜਾਈ ਹੋ ਰਹੀ ਇਹਨਾਂ ਦੀ ਇਹਨਾਂ ਦੀ ਲੜਾਈ ਦੀ ਵਜ੍ਹਾ ਤੋਂ ਜਿਹੜਾ ਨਾ ਜੀ ਸਾਨੂੰ ਇਹ ਹੋਸਪਿਟਲ ਕਾਇਮ ਕਰਨਾ ਪਿਆ ਇਹ ਦੇਖੋ ਜੀ ਰਿਵਰਸ ਹੋਣੀ ਮੈਂ ਚਾਹਤੇ ਆਇਆ ਵਾਂ ਸੂਰਜ ਜਿਹੜਾ ਜੀ ਗਰੂਬ ਹੋਣ ਵਾਲਾ ਹੈ ਬਾਏ ਬਾਏ ਅਤੇ ਬਾਕੀ ਮੌਸਮ ਸਰਦੀ ਹੋ ਗਈ ਹੈ ਇਹ ਕੀ ਮੰਜੀ ਦਮ 'ਤੇ ਲਾਈ ਹੋਈ ਹੈ ਫਜਰ ਨੀਚੇ ਚੀਖਾਂ ਮਾਰ ਰਹੀ ਹੈ ਜੀ ਅਬਦੁਲ ਵਹਾਬ ਔਰ ਫਜਰ ਦੀ ਕਹਿ ਰਹੀ ਹੈ ਬਸ ਇਸ ਤਰ੍ਹਾਂ ਯਾਨੀ ਕਿ ਇਹਨਾਂ ਨੇ ਬਰੇਕ 'ਚ ਬਾਜਰਾ ਲਗਾ ਕੇ ਫੁੱਲ ਉਗਾ ਰਹੇ ਨੇ ਅਤੇ ਉਗ ਵੀ ਗਏ ਨੇ ਔਰ ਵਿਵਰਸ ਲਾਈਟ ਵੀ ਗਈ ਹੋਈ ਹੈ ਜਨਰੇਟਰ ਦੀ ਸ਼ਾਇਦ ਆਵਾਜ਼ ਆ ਰਹੀ ਹੋਈ ਕੈਮਰੇ 'ਚ ਅਤੇ ਖੈਰ ਜਿਹੜਾ ਨਾ ਜੀ ਅੱਜ ਅਸੀਂ ਹਫ਼ਤਾ ਅਤੇ ਕੱਲ੍ਹ ਇਤਵਾਰ ਕੱਲ੍ਹ ਛੁੱਟੀ ਹੈ ਆਪਣੀ ਸਕੂਲ ਦੀ ਇਨਸ਼ਾਅੱਲਾ ਕੱਲ੍ਹ ਕੁਛ ਮਜ਼ੇਦਾਰ ਕਰਾਂਗੇ ਵਲੌਗ 'ਚ ਇਨਸ਼ਾਅੱਲਾ ਸਕੂਲ ਗਏ ਸੀ ਲੇਕਿਨ ਸਾਡੇ ਸਾਰੇ ਨਹੀਂ ਆਏ ਅੱਜ ਅਤੇ ਕੁਝ ਜ਼ਿਆਦਾ ਖਾਸ ਪੜ੍ਹਾਈ ਨਹੀਂ ਹੋਈ ਹੈ ਕਾਫੀ ਲੇਕਿਨ ਜ਼ਿਆਦਾ ਨਹੀਂ ਹੋਈ ਪੜ੍ਹਾਈ ਔਰ ਇਹ ਫਜਰ ਦੇ ਕੰਮ ਚੈੱਕ ਕਰੋ ਜੀ ਆਪਣੀ ਸਾਈਕਲ ਦੇ ਨਾਲ ਆਪਣੀ ਜੁਰਾਬਾਂ ਜਿਹੜੀਆਂ ਨੇ ਨਾ ਜੀ ਲਟਕਾ ਕੇ ਅਤੇ ਚੁੱਲ੍ਹੇ ਲੈ ਜੁਰਾਬੇ ਕਿਆ ਕਰਨੀ ਆਪਣੇ ਯਾਰ ਵੈਸੇ ਔਰ ਅਬਦੁਲ ਵਹਾਬ ਵੀ ਛੱਤ ਹੈ ਆਪਣੀ ਸਾਈਕਲਾਂ ਨਾਲ ਜੀ ਖੇਡ ਰਹੇ ਨੇ ਜਵਾਨ ਕੱਲ੍ਹ ਇਹ ਦੋਨੋਂ ਜੀ ਆਪਣੀ ਸਾਈਕਲਾਂ ਨੀਚੇ ਲੈ ਗਏ ਸੀ ਔਰ ਨੀਚੇ ਜਾ ਕੇ ਇਹਨਾਂ ਨੇ ਖੜੀ ਕਰ ਦਿੱਤੀਆਂ ਸੇਨ 'ਚ ਪਹਿਲੇ ਹੀ ਦੋ ਮੋਟਰਸਾਈਕਲ ਖੜੇ ਸੀ ਇੱਕ ਸਾਡਾ ਔਰ ਇੱਕ ਮਾਮੂ ਦਾ ਅਤੇ ਦੋ ਮੋਟਰਸਾਈਕਲ ਹੋ ਗਏ ਤਿੰਨ ਸਾਈਕਲਾਂ ਹੋ ਗਈਆਂ ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਅਸੀਂ ਟੈਸਕੋ ਦੀ ਕੰਪਨੀ ਖੋਲ ਲਈ ਹੈ ਯਾਨੀ ਟੈਸਕੋ ਪਾਰਕਿੰਗ ਵਾਲੀ ਕੰਪਨੀ ਹੈ ਅਤੇ ਇਸ ਤਰ੍ਹਾਂ ਸੀ ਆਪਣਾ ਸੇਨ ਜਿਹੜਾ ਨਾ ਪੂਰਾ ਪਾਰਕਿੰਗ ਨਾਲ ਭਰਿਆ ਹੋਇਆ ਸੀ ਵਿਵਰਸ ਹੁਣੀ ਅਸੀਂ ਥੱਲੇ ਜਾਣ ਲੱਗੇ ਨਾ ਅਤੇ ਆਪਣੀ ਜਿਹੜੀ ਕਾਕੀ ਹੈ ਨਾ ਉਹ ਸਾਡੇ ਤੋਂ ਵੀ ਜ਼ਿਆਦਾ ਡਿਸਿਪਲਿਨ ਵਾਲੀ ਹੈ ਸਾਈਕਲ ਜਿਹੜੀ ਪਾਰਕ ਕਰਕੇ ਨੀਚੇ ਜਾਏਗੀ ਚਲੋ ਕਰ ਦਿਓ ਸ਼ਾਬਾਸ਼ ਪਾਰਕ ਕਰ ਦੀ ਆ ਜਾਓ ਬਈ ਬਹੁਤ ਅੱਛੀ ਬਾਤ ਆਪਣੀ ਚਲੋ ਬਸ ਅਗਲੇ ਦਾ ਨੁਕਸਾਨ ਕਰ ਰਹੀ ਹੋ ਚਲੋ ਸ਼ਾਬਾਸ਼ ਔਰ ਇਹ ਆਪਣੀ ਜੁਰਾਬੇ ਇਹ ਹੋ ਗਿਆ ਚੱਕਰ ਮੁਕੰਮਲ ਇਨਕਾ ਚਲੋ ਧਿਆਨ ਸੇ ਜਿੰਨੀ ਟਾਈਮ ਹੋ ਗਿਆ ਜੀ ਮਗਰਬ ਦੀ ਨਮਾਜ਼ ਦਾ ਆਓ ਚੱਲਦੇ ਹਾਂ ਜੀ ਨਮਾਜ਼ ਅਦਾ ਕਰਕੇ ਆਉਂਦੇ ਹਾਂ ਲੋ ਜੀ ਵੀਵਰਸ ਆਪਣੀ ਨਮਾਜ਼ ਪੜ੍ਹ ਕੇ ਨਾ ਜੀ ਹੁਣੀ ਘਰ ਜਾ ਰਹੇ ਹਾਂ ਅਤੇ ਜਮਾਤ ਤੋਂ ਥੋੜ੍ਹਾ ਜਿਹਾ ਲੇਟ ਹੋ ਗਏ ਸੀ ਬਸ ਉਹ ਇੱਕ ਵਾਰੀ ਮਿਲ ਗਏ ਸੀ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਕਰਦੇ ਨਾ ਥੋੜ੍ਹੇ ਲੇਟ ਹੋ ਗਏ ਬਸ ਚਿੜੀਆਂ ਨੂੰ ਜੀ ਕਵਰ ਵੀ ਕਰ ਦਿੱਤਾ ਕਿਉਂਕਿ ਦੇਖ ਸਕਦੇ ਹੋ ਟਾਈਮ ਤੁਸੀਂ ਅੰਧੇਰਾ ਹੋ ਗਿਆ ਅਤੇ ਸਰਦੀ ਜਿਹੜੀ ਹੈ ਨਾ ਪੈਣੀ ਸ਼ੁਰੂ ਹੋ ਗਈ ਹੈ ਅਤੇ ਇਹਨਾਂ ਦੇ ਹਿਸਾਬ ਨਾਲ ਅਤੇ ਲਾਈਟ ਵੀ ਜਿਹੜੀ ਹੈ ਨਾ ਜੀ ਵਿੱਚ ਚੱਲ ਰਹੀ ਹੈ ਇਹ ਦੇਖ ਸਕਦੇ ਹੋ ਤੁਸੀਂ ਲਾਈਟ ਵੀ ਚੱਲ ਰਹੀ ਹੈ ਅਤੇ ਇਹਨਾਂ ਨੂੰ ਕਵਰ ਕਰ ਦਿੱਤਾ ਹੁਣ ਇਹ ਸੁਬਾਹ ਨੂੰ ਹੀ ਖੋਲਾਂਗੇ ਇਨਸ਼ਾਅੱਲਾ ਅਤੇ ਬਾਕੀ ਅਬਦੁਲ ਵਹਾਬ ਨੀਚੋ ਤੁਸੀਂ ਵਿਊ ਵੀ ਕਰ ਸਕਦੇ ਹੋ ਨਾ ਚਿੜੀਆਂ ਕੀ ਕਰ ਰਹੀਆਂ ਨੇ ਇਹ ਦੇਖੋ ਅੱਛਾ ਜੀ ਵੀਵਰਸ ਆਪਣਾ ਅੱਜ ਦਾ ਵਲੌਗ ਕਰਦੇ ਹਾਂ ਅਤੇ ਖਤਮ ਜੇ ਵੀਡੀਓ ਪਸੰਦ ਆਈ ਤਾਂ ਜਲਦੀ ਸਾਡੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਇਨਸ਼ਾਅੱਲਾ ਮਿਲਾਂਗੇ ਨੈਕਸਟ ਵਲੌਗ 'ਚ ਬਹੁਤ ਸਾਰਾ ਪਿਆਰ ਦੋਵਾਂ ਨੂੰ ਯਾਦ ਰੱਖਣਾ ਅੱਲਾ ਹਾਫਿਜ਼ ਔਰ ਕੱਲ੍ਹ ਹੈ ਵੀ ਇਤਵਾਰ ਅਤੇ ਕੱਲ੍ਹ ਅਸੀਂ ਫ੍ਰੀ ਹਾਂ
और इंशाल्लाह कल आएगा जिसको बेस्ट या स्पेशल या ब्लॉग। अल्लाह हाफिज़।